सोका मार गया, कदे डोबा मार गया, कोई पार्टी जेहड़ी एक करी पोती दिंदी है। किन्ने समय तो बाही नहीं कीती तुसी? अहीं तो जन्म तो ही नहीं कीती यार। किन्ने साल दी उम्र हो गई? मेरी 30 साल दी। ਵੀ 30 ਸਾਲਾਂ ਤੋਂ ਸਥਿਤੀ ਇਹੀ ਹੈ। ਹਾਂਜੀ, ਮੇਰਾ ਕੋਠਾ ਆਇਆ ਹੋਇਆ ਮੋੜ ਦਿੱਤਾ ਸਰਪੰਚ ਨੇ, ਬਹੁਤ ਕਰਿਆ, ਡਿੱਗੀ ਜਾਂਦੇ ਕੋਠੇ ਪਾਲੀ ਦੇ, ਡਿੱਗ ਪੈਂਦੇ ਪਾਲੀ ਦੇ। ਇੱਥੇ ਜਿਹੜੇ ਸੇਮ ਨਾਲੇ ਕੱਢੇ ਗਏ ਉਹ ਕਿਸੇ ਵਿਉਂਦਬੰਦੀ ਨਾਲ ਨਹੀਂ ਕੱਢੇ ਗਏ, ਕਈ ਸਾਲ ਤੋਂ ਇੰਨਾ ਕੁ ਡੁੱਬਦਾ ਰਿਹਾ ਕਿ ਲੋਕਾਂ ਨੇ ਸਮਾਨ ਹੀ ਆਪਦਾ ਟਰਾਲੀਆਂ 'ਚ ਲੱਦ ਲਿਆ ਸੀ ਕਿਤੇ ਰੁੜ ਨਾ ਜਾਈਏ। ਸਾਡੀ ਉਮਰ ਹੀ ਲੰਘ ਗਈ ਹੁਣ ਤਾਂ, ਮੰਨ ਲਓ ਪਾਣੀ ਸੁੱਕਾ, ਪਹਿਲਾਂ ਅਸੀਂ ਲੱਕ ਲੱਕ ਪਾਣੀ ਦੇ ਵਿੱਚ ਦੀ ਲੰਘਦੇ ਰਹੇ। ਜਥੇਦਾਰਾਂ ਨੇ ਆਪਦੀਆਂ ਵੱਟਾਂ ਦੇ ਕਰਾਲੇ ਕਿ ਸਾਡੀ ਜ਼ਮੀਨ ਨਾ ਪਾਟੇ। ਹੁਣ ਉੱਥੋਂ ਉਹ ਸੇਮ ਨਾਲ ਨਿਕਲਿਆ ਜੀ, ਉੱਥੋਂ ਜੀ ਉਹ ਇੱਧਰ ਉੱਚੇ ਦਾ ਨੂੰ ਨਿਕਲਿਆ ਵੀ ਸਹੀ ਨਹੀਂ ਤੁਸੀਂ ਪਾ ਰਹੇ, ਉਹਨਾਂ ਪੈਪ ਵੀ ਤੋੜਤੀ, ਉਹ ਚੱਲੀ ਨਹੀਂ ਸਹੀ। ਦੋ ਹਜ਼ਾਰ 22 ਦੀਆਂ ਵਿਧਾਨ ਸਭਾ ਚੋਣਾਂ ਦਾ ਜਿਹੜਾ ਮੌਸਮ ਹੈ ਇਹ ਪੂਰਾ ਭਖਿਆ ਹੋਇਆ, ਗਰਮਾਇਸ਼ ਹੈ, ਪਰ ਕਈ ਮੁੱਦੇ ਜਿਹੜੇ ਨੇ ਉਹ ਗਾਇਬ ਨੇ। ਸਾਰੀਆਂ ਪਾਰਟੀਆਂ ਵੱਲੋਂ ਹਰ ਚੀਜ਼ ਮੁਫ਼ਤ ਦੇਣ ਦੀ ਗੱਲ ਕੀਤੀ ਜਾਂਦੀ ਹੈ, ਪਰ ਉਹਨਾਂ ਲੋਕਾਂ ਵੱਲ ਧਿਆਨ ਨਹੀਂ ਹੈ ਜਿਹੜੇ ਲੰਮੇ ਸਮੇਂ ਤੋਂ ਕਿਸੇ ਮੁਸ਼ਕਲ ਨਾਲ ਜੂਝ ਰਹੇ ਨੇ, ਦੋ ਚਾਰ ਹੋ ਰਹੇ ਨੇ। ਇਸ ਵਕਤ ਪੰਜਾਬ ਦੀ ਸਭ ਤੋਂ VIP ਕੌਂਸਟੀਟੂਐਂਸੀ ਕਹਾਉਂਦੀ ਲੰਬੀ ਦੇ ਅਖੀਰਲੇ ਪਿੰਡਾਂ ਦੇ ਵਿੱਚ ਹੈ, ਇਹਨੂੰ ਸਰਾਵਾਂ ਜੈਲ ਕਿਹਾ ਜਾਂਦਾ। ਇਸ ਵਕਤ ਮੈਂ ਬੋਧੀ ਵਾਲੇ ਤੋਂ ਰੱਤਾ ਜਿਹੜਾ ਖੇੜਾ ਪਿੰਡ ਹੈ ਉਹਨੂੰ ਜਾਣ ਵਾਲੀ ਸੜਕ 'ਤੇ ਖੜ੍ਹਾ ਜਾ ਰਿਹਾ ਸੀਗਾ ਤਾਂ ਮੇਰੀ ਨਜ਼ਰ ਪਈ ਇੱਧਰ ਖੇਤ ਦੇ ਵਿੱਚ, ਕਣਕ ਬੀਜੀ ਸੀ, ਪਿਛਲੇ ਹਫ਼ਤੇ ਮੀਂਹ ਪਿਆ, ਥੋੜ੍ਹਾ ਮੋਟਾ ਸਾਹ ਆਇਆ ਸੀ ਜ਼ਮੀਨਾਂ ਨੂੰ, ਅਤੇ ਸੇਮ ਜਿਹੜੀ ਹੈ ਜੀ ਮੁੜ ਇੱਥੇ ਖੜ੍ਹੀ ਹੋ ਗਈ ਅਤੇ ਕਣਕ ਦੇ ਵਿੱਚ ਪਾਣੀ ਖੜ੍ਹ ਗਿਆ, ਅਤੇ ਉੱਤੋਂ ਮੌਸਮ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ, ਮੌਸਮ ਵੀ ਜਿਹੜਾ ਉਹਦੀ ਵੱਧ ਮਿਜ਼ਾਜੀ ਨਜ਼ਰ ਆ ਰਹੀ ਹੈ, ਮੀਂਹ ਫਿਰ ਪੈਣ ਦੇ ਆਸਾਰ ਹੈ। ਕਿਣਮਿਣ ਥੋੜ੍ਹੀ ਦੇਰ ਪਹਿਲਾਂ ਹੋ ਕੇ ਹਟੀ ਹੈ, ਲੰਘ ਰਹੇ ਸੀ ਇੱਕ ਬੀਬੀ ਦਾ ਘਰ ਦਿਸਿਆ ਕੌਂਸਟੀਟੂਐਂਸੀ। ਹਰ ਕੋਈ ਕਹਿੰਦਾ ਕਿ VIP ਕੌਂਸਟੀਟੂਐਂਸੀ ਦੇ ਵਿੱਚ ਬੜੇ ਲੋਕਾਂ ਨੂੰ ਪੱਕੇ ਘਰ ਦਿੱਤੇ ਗਏ ਨੇ, ਘਰ ਦੇ ਹਾਲਾਤ ਦਿਖਾਉਣੇ ਆ, ਫਿਰ ਬੀਬੀ ਨਾਲ ਵੀ ਗੱਲ ਕਰਦੇ ਹਾਂ। ਟੁੱਟਿਆ ਜਿਹਾ ਘਰ ਹੈ, ਸੜਕ ਦੇ ਕਿਨਾਰੇ ਹੈ, ਸੇਮ ਦੇ ਵਿੱਚ ਹੈ, ਮੰਜਾ ਬਿਸਤਰਾ ਟੁੱਟ ਗਿਆ, ਸੇਮ ਨੇ ਢਾ ਦਿੱਤਾ ਹੈ, ਤਖਤੇ ਵੀ ਸਿੱਧੇ ਤੌਰ 'ਤੇ ਆਖੀਏ ਤਾਂ ਬੀਬੀ ਦੇ ਕੋਲ ਕਬਜ਼ੇ ਵੀ ਜਿਹੜੇ ਹੈਗੇ ਨੇ ਉਹ ਜਿੰਦਰਾ ਲਾਉਣ ਨੂੰ ਵੀ ਹੈ ਨਹੀਂ। ਸੋ ਬੀਬੀ ਨੂੰ ਡਰ ਵੀ ਕਾਹਦਾ, ਜਬਜੀ ਵਾਲੀ ਕੋਲ ਹੈ ਹੀ ਕੁਛ ਨਹੀਂ ਤਾਂ ਚੋਰਾਂ ਨੇ ਲੈ ਵੀ ਕੀ ਜਾਣਾ, ਅਤੇ ਮੇਰੇ ਕੋਲ ਹੀ ਖੜ੍ਹੇ ਨੇ, ਇੱਥੇ ਖੜ੍ਹੇ ਸੀਗੇ, ਮੈਂ ਰਾਹ 'ਚ ਖੜ੍ਹਾ, ਹਾਲਾਤ ਦੇਖ ਕੇ ਗੱਡੀ ਰੋਕੀ। ਕੀ ਨਾਂ ਭੈਣੇ ਤੇਰਾ? ਮੇਰਾ ਦਸਵਿੰਦਰ ਕੌਰ ਆ ਜੀ। ਅੱਛਾ, ਇਹ ਦੱਸ ਤੇਰਾ ਘਰ ਆਏ ਢਹਿ ਢੂ ਗਿਆ, ਕੋਈ ਸਰਕਾਰ ਦੀ ਮਦਦ ਨਹੀਂ ਆਈ ਤੈਨੂੰ? ਨਹੀਂ ਹੋਈ ਜੀ, ਉਹਨਾਂ ਸਰਕਾਰਾਂ ਨੇ ਸੁਣੀ ਨਹੀਂ ਮੇਰੀ ਗੱਲ, ਸਰਪੰਚ ਨੇ ਨਹੀਂ ਸੁਣੀ। ਕੀ ਕਹਿੰਦਾ? ਉਹ ਕਹਿੰਦਾ ਜਿੱਥੇ ਮਰਜ਼ੀ, ਮੇਰੇ ਜ਼ਮੀਨ ਸੀ, ਜ਼ਿਮੀਂਦਾਰਾਂ ਦੀ ਨੌਤੀ ਸੀ, ਅਤੇ ਮੇਰੇ ਪੁੱਤਾਂ ਧੀਆਂ ਨੇ ਕੋਲੇ, ਕੁੜੀਆਂ ਦੋ ਸੀ, ਮੁੰਡਾ 20 ਸਾਲਾਂ ਦਾ ਮਰ ਗਿਆ ਮੇਰਾ, ਅਤੇ ਬੰਦਾ ਵੀ ਮੁੱਕ ਗਿਆ ਮੇਰਾ, ਸੰਗਲ ਲੱਗੇ ਹੋਏ ਸੀ। ਅੱਛਾ, ਢਿੱਲਾ ਸੀ? ਹਾਂਜੀ, ਅਤੇ ਉਹ ਵੀ ਮੁੱਕ ਗਏ, ਮੇਰੀਆਂ ਨਨਾਣਾਂ ਨੇ ਜ਼ਮੀਨ ਵੇਚ ਦਿੱਤੀ ਆ, ਅਤੇ ਕੁੜੀਆਂ ਵੀ ਆਪ ਹੀ ਵਿਆਹ ਰੱਖੀਆਂ ਗਈਆਂ, ਅਤੇ ਮੇਰੀ ਹਾ ਹਾਲਤ ਹੈਗੀ, ਮੈਂ ਤਾਂ ਕਦੇ ਦਿਹਾੜੀ ਜਾਂਦੀ ਹਾਂ, ਕਦੇ ਕਿਵੇਂ ਕਦੇ ਕਿਵੇਂ, ਅਤੇ ਵੀ ਬਸ ਮੈਂ ਹਾਂ ਹੀ ਆਪਦੇ ਰਹਿਸ ਕਰਦੀ ਹੈ। ਅੱਛਾ, ਤੈਨੂੰ ਮਿਲਿਆ ਕੁਛ ਨਹੀਂ? ਜਿਵੇਂ ਮੈਂ ਦੇਖਦੇ ਕਹਿੰਦੇ ਵੀ ਮਕਾਨ ਮਿਲਦੇ ਨੇ, ਸੇਮ ਜਿਹੜੀ ਹੈ ਤੇਰੇ ਆਲੇ ਦੁਆਲੇ ਤੁਰੀ ਫਿਰਦੀ ਆ, ਪਾਣੀ ਤੇਰੀਆਂ ਇੱਟਾਂ 'ਚ ਖੜਾ ਜੀ, ਕੁਛ ਮਿਲਿਆ ਨਹੀਂ? ਨਹੀਂ, ਕੁਛ ਨਹੀਂ ਮਿਲਿਆ ਜੀ। ਅਤੇ ਗਈ ਵੀ ਨਹੀਂ ਕਿਸੇ ਕੋਲ? ਨਹੀਂ ਗਈ ਜੀ, ਜਦੋਂ ਗੱਲ ਹੀ ਨਹੀਂ ਸੁਣਦੇ ਹੋ, ਮੈਂ ਗਈ ਨਹੀਂ ਫਿਰ। ਫਿਰ ਮੈਂ ਅੱਕ ਗਿਆ ਤਾਂ ਮੈਂ, ਹੁਣ ਮੈਂ ਵੋਟਾਂ ਨਹੀਂ ਪਾਉਂਦੀ ਤੁਹਾਨੂੰ, ਮੈਂ ਐਂ ਕਹਿਤਾ ਮੈਂ ਤਾਂ। ਅੱਛਾ, ਅਤੇ ਫਿਰ ਉਹ ਆਦੇ ਵੀ ਅਸੀਂ, ਮੇਰਾ ਕੋਠਾ ਆਇਆ ਹੋਇਆ ਮੋੜ ਦਿੱਤਾ ਸਰਪੰਚ ਨੇ, ਅਤੇ ਕਹਿੰਦੇ ਨਹੀਂ ਮਿਲਦਾ ਆ ਕੇ। ਕਿਉਂ? ਕੀ ਪਤਾ। ਕਿਹੜੇ ਪਿੰਡ ਦਾ? ਇਸੇ ਪਿੰਡ ਦਾ, ਸੀਰਾ ਆ ਨਾ। ਬੁੱਧੀ ਵਾਲੇ? ਹਾਂਜੀ, ਬੁੱਧੀ ਵਾਲੇ। ਹਾਂਜੀ ਹਾਂਜੀ। ਅਤੇ ਉਹਨੇ ਨਹੀਂ ਗੱਲ ਸੁਣੀ ਮੇਰੀ, ਅਤੇ ਹੁਣ ਮੈਂ ਰਿਹਾ ਸ਼ਾਹ। ਕਿਹੜੀ ਪਾਰਟੀ ਦਾ? ਉਹ ਹੈਗਾ ਕਾਂਗਰਸ ਦਾ। ਅਤੇ ਮੈਂ ਤਾਂ ਹੁਣ ਤੈਨੂੰ ਪਤਾ ਹੀ, ਕਾਂਗਰਸ ਨੂੰ ਪਾਉਂਦੇ ਸੀਗੇ ਵਾਟ, ਉਹ ਆਦੇ ਉਹ ਸਾਡੇ ਕਾਂਗਰਸ ਸੀਗੇ, ਵਿਚਾਰਾ ਮੁੱਕ ਗਿਆ, ਸਰਪੰਚ ਬਣਦਾ ਸੀ ਉਹ ਮੁੱਕ ਗਿਆ, ਹੁਣ ਉਹ ਤੋਂ ਕਿੱਥੋਂ ਮੰਗ ਲਈ ਜਦੋਂ ਆਪ ਹੀ ਮੁੱਕ ਗਿਆ, ਅਤੇ ਉਹ ਆਦੇ ਉਸੇ ਤੋਂ ਪਾ ਲਓ ਜਿਹਨਾਂ ਨੂੰ ਵੋਟ ਪਾਉਂਦੇ ਤੁਸੀਂ, ਗੱਲ ਨਹੀਂ ਸੁਣਦਾ ਕਿਸੇ ਦੀ। ਅਤੇ ਮੈਂ ਕੀ ਕੀ ਆਪਾਂ ਕੀ ਸਹਾਰਾ ਕਰ ਸਕਦੇ, ਬੁੜੀ ਕੋਈ ਬੋਲ ਸਕਦੀ ਹੈ? ਅਤੇ ਆਹ ਆਪਣੀ ਤਾਂ ਦਿਹਾੜੀ ਚੱਲਦੀ, ਚੱਲੇ ਨਾ ਚੱਲੇ ਤਾਂ ਘਰੇ ਬਹਿ ਜਾਈਦਾ। ਅੱਛਾ, ਸੇਮ ਨੇ ਕਿੰਨਾ ਕੁ ਨੁਕਸਾਨ ਕੀਤਾ ਤੁਹਾਡੇ ਗਰੀਬਾਂ ਦਾ? ਬਹੁਤ ਕਰਿਆ, ਵਾਧੂ ਕਰਿਆ ਨੁਕਸਾਨ, ਆਹ ਵੇਖ ਲਓ, ਆਪੇ ਆਖਣ ਦੀ ਲੋੜ ਹੀ ਨਹੀਂ, ਬਹੁਤ ਕਰਿਆ, ਡਿੱਗੀ ਜਾਂਦੇ ਕੋਠੇ ਪਾਲੀ ਦੇ, ਡਿੱਗ ਪੈਂਦੇ ਪਾਲੀ ਦੇ, ਹੋਰ
ਚਾਹ ਪਾਣੀ ਦਾ ਜੀ ਬਸ ਭਾਈ ਜਿਉਂਦੀ ਰਹਿ ਸੋ ਬੀਬੀ ਨਾਲ ਗੱਲਬਾਤ ਕੀਤੀ ਕੁਛ ਵੀਰ ਵੀ ਖੜੇ ਸੀਗੇ ਮੈਂ ਗੱਡੀ ਰੋਕੀ ਰਾਹ 'ਚ ਇਹ ਵੀ ਖੜੇ ਸੀ ਮੇਰੀ ਗੱਡੀ ਖੜੀ ਦੇਖ ਕੇ ਇੱਕ ਹੋਰ ਬਾਈ ਜੀ ਵੀ ਖੜ੍ਹ ਗਏ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਇਲਾਕਾ ਸੇਮ ਦਾ ਬੜਾ ਮਾਰਿਆ ਸੇਮ ਕਿਸੇ ਦੇ ਏਜੰਡੇ 'ਤੇ ਨਹੀਂ ਹੈ ਇਸ ਇਲਾਕੇ 'ਚੋਂ ਸੇਮ ਕੱਢਣ ਦੀਆਂ ਗੱਲਾਂ ਹੋਈਆਂ ਸੀ 1997 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ ਸੇਮ ਨਾਲੇ ਨਿਕਲੇ ਸੀ ਅਤੇ ਇਹ ਵੀ ਚਰਚਾ ਕਿ ਇੱਥੋਂ ਦੇ ਲੀਡਰਾਂ ਨੇ ਜਿਵੇਂ ਕਹਿੰਦੇ ਆ ਕਿ ਸੇਵੀਆਂ ਜਿੱਧਰ ਨੂੰ ਮਰਜ਼ੀ ਮੋੜ ਲਓ ਕਹਿੰਦੇ ਆ ਵੀ ਜਿੱਧਰ ਨੂੰ ਜੀ ਕੀਤਾ ਉਵੇਂ ਮੋੜਿਆ ਕਿਹੜਾ ਪਿੰਡ ਆ ਬਾਈ ਤੁਹਾਡਾ ਬੋਦੀ ਵਾਲਾ ਜੀ ਸੇਮ ਦੇ ਕੀ ਹਾਲਾਤ ਸੇਮ ਜੀ ਅੱਜ ਤੁਹਾਨੂੰ ਦੱਸੀ ਜਾਂਦਾ ਪਾਣੀ ਪਾਣੀ ਖੜਾ ਜੀ ਆ ਵੇਖ ਲਓ ਸਾਹਮਣੇ ਖੜਾ ਜੀ ਪਾਣੀ ਕਣਕਾਂ ਦੇ ਵਿੱਚ ਕਣਕਾਂ ਹੁੰਦੀਆਂ ਨਹੀਂ ਜੀ ਇਹ ਮੁਸ਼ਕਲ ਕੰਮ ਇਹਨਾਂ ਦਾ ਇਸ ਤੋਂ ਪਹਿਲਾਂ ਝੋਨਾ ਵੀ ਗਿਆ ਝੋਨਾ ਵੀ ਨਹੀਂ ਇੱਥੇ ਐਡਾ ਹੋਇਆ ਜੀ ਇਹ ਕਿਵੇਂ ਆ ਕਿੰਨੇ ਕੁ ਏਰੀਏ 'ਚ ਪਾਣੀ ਖੜਾ ਨਿਕਲਦਾ ਕਿਉਂ ਨਹੀਂ ਕੋਈ ਸਰਕਾਰਾਂ ਤੁਹਾਡੀ ਸੁਣਦੀਆਂ ਨਹੀਂ ਗੱਲ ਕੋਈ ਗੱਲ ਨਹੀਂ ਸੁਣਾਈ ਨਹੀਂ ਜੀ ਇੱਥੇ ਕੋਈ ਸਹੀ ਕਿਸਮ ਦੀ ਵੀ ਬਾਲ ਸਾਹਿਬ ਤਾਂ ਇੱਕ ਜਿਵੇਂ ਕਹਿ ਦਿੰਦੇ ਆ ਕੋਈ ਗੱਲ ਆ ਬਸ ਅੱਛਾ ਕੀ ਕਹਿ ਦਿੰਦੇ ਉਹ ਕਹਿੰਦੇ ਜੀ ਤੁਹਾਨੂੰ ਐਂ ਕਰਾਂਗੇ ਉਹ ਕਰਾਂ ਸੇਮ ਆ ਗਈ ਸੋਕਾ ਮਾਰ ਗਿਆ ਕਦੇ ਡੋਬਾ ਮਾਰ ਗਿਆ ਅਤੇ ਦੂਜੀਆਂ ਪਾਰਟੀਆਂ ਕੋਈ ਪਾਰਟੀ ਜਿਹੜੀ ਇੱਕ ਵਾਰੀ ਪੋਤੀ ਦਿੰਦੀ ਆ ਮੈਂ ਕਿਸੇ ਨਹੀਂ ਜੀ ਇੱਥੇ ਦਮ ਵਾਲੀ ਗੱਲ ਕਿਸੇ ਦੀ ਵੀ ਕੋਈ ਸੇਮ ਨਾਲਾ ਹੈਗਾ ਨੇੜੇ ਤੇੜੇ ਸੇਮ ਨਾਲਾ ਉਹ ਸੇਮ ਨਾਲਾ ਜਾਂਦਾ ਜੀ ਉਹ ਸਾਹਮਣੇ ਦਿਸੀ ਜਾਂਦਾ ਅੱਛਾ ਅਤੇ ਕੱਢਦਾ ਨਹੀਂ ਪਾਣੀ ਪਾਣੀ ਉਹਦੇ 'ਚ ਵੇਖ ਲਓ ਜਾ ਕੇ ਤੁਸੀਂ ਜੋ ਬੰਦ ਹੋਏ ਪਏ ਸਫਾਈ ਨਹੀਂ ਹੋਈ ਸਫਾਈ ਕਰੀ ਸੀ ਉਹਦੇ ਵਿੱਚ ਕਈ ਫੇਰ ਹੋ ਗਈ ਉਵੇਂ ਨਾਲੇ ਕਹਿੰਦੇ ਸੀ ਸੇਮ ਨਾਲੇ ਵੀ ਜਿਹੜੇ ਕੱਢੇ ਆ ਉਹ ਵੀ ਜਿਵੇਂ ਮਰਜ਼ੀ ਨਾਲ ਕੱਢ ਤੇ ਉੱਚੇ ਥਾਵਾਂ ਤੋਂ ਵੀ ਕੱਢ ਤੇ ਨੀਵੇਂ ਦੱਬ ਗਏ ਕਿਸਾਨ ਬੁਰਾ ਹਾਲ ਹੈ ਹਾਲ ਤਾਂ ਬੁਰਾ ਹੀ ਜੀ ਤੁਹਾਨੂੰ ਦੱਸੀ ਜਾਂਦਾ ਤੁਸੀਂ ਤੁਹਾਡੇ ਸਾਹਮਣੇ ਦੱਸੀ ਜਾਂਦਾ ਜਾਂ ਪਾਣੀ ਨਿਕਲਣਾ ਤਾਂ ਜ਼ਿਮੀਂਦਾਰ ਚਲੋ ਐਡੀ ਐਡੀ ਕਣਕ ਨੂੰ ਥੋੜ੍ਹਾ ਛੱਡਦਾ ਸੀ ਵੀ ਮੇਰੀ ਕਣਕ ਦਾ ਨੁਕਸਾਨ ਹੋ ਜੇ ਇੱਕ ਹੋਰ ਬਾਈ ਜੀ ਖੜੇ ਰਾਹ 'ਚ ਮਿਲ ਗਏ ਕੀ ਨਾਂ ਬਾਈ ਤੁਹਾਡਾ ਗੁਰਜਿੰਦਰ ਸਿੰਘ ਸਮਰਾਜ ਜੀ ਗੁਰਜਿੰਦਰ ਜੀ ਕੀ ਹਾਲਾਤ ਨੇ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਮਿੱਡਾ ਜੀ ਮੈਂ ਤਾਂ ਤੁਹਾਨੂੰ ਸ਼ੂਟਿੰਗ ਕਰਦੇ ਨੂੰ ਵੇਖਿਆ ਤਾਂ ਮੈਂ ਰੁਕ ਗਿਆ ਜੀ ਸੋ ਕੀ ਹਾਲਾਤ ਆ ਮਿੱਡਾ ਵੀ ਕਾਫੀ ਜਿਹੜਾ ਹੈਗਾ ਪਾਣੀ ਉੱਥੇ ਵੀ ਮਿੱਡਾ ਹੀ ਬੜਾ ਪਾਣੀ ਹੈ ਅਤੇ ਹੋਰ ਇਹ ਜੀ ਸਾਡਾ ਪਿਛਲੇ ਕਈ ਸਾਲਾਂ ਤੋਂ ਸਾਰਾ ਏਰੀਆ ਜਿਹੜਾ ਇਹ ਸੇਮ ਦੀ ਜਿਹੜੀ ਮਾਰ ਹੈ ਝੱਲ ਰਿਹਾ ਹੈ ਇੱਥੇ ਜਿਹੜੇ ਸੇਮ ਨਾਲੇ ਕੱਢੇ ਗਏ ਉਹ ਕਿਸੇ ਵਿਉਂਦਬੰਦੀ ਨਾਲ ਨਹੀਂ ਕੱਢੇ ਗਏ ਇਹ ਬਾਦਲ ਸਾਹਿਬ ਦੇ ਰਾਜ 'ਚ ਕੱਢੇ ਗਏ ਨੇ ਇਹ ਇੱਥੋਂ ਸੇਮ ਨਾਲੇ ਸਾਰੇ ਕੱਢ ਕੇ ਲਿਜਾ ਕੇ ਜੀ ਮਿੱਡੇ ਛੱਡਤੇ ਮਿੱਡਾ ਪਿੰਡ ਡੁੱਬਦਾ ਰਿਹਾ ਕਈ ਸਾਲ ਤੋਂ ਇੰਨਾ ਕੁ ਡੁੱਬਦਾ ਰਿਹਾ ਕਿ ਲੋਕਾਂ ਨੇ ਸਮਾਨ ਹੀ ਆਪਦਾ ਟਰਾਲੀਆਂ 'ਚ ਲੱਦ ਲਿਆ ਸੀ ਕਿਤੇ ਰੁੜ ਨਾ ਜਾਈਏ ਅਤੇ ਇਹ ਸਾਰੇ ਹਾਲਾਤ ਜਿਹੜੇ ਨੇ ਇਹ ਜਿਹੜੀ ਵਿਉਂਦਬੰਦੀ ਹੈ ਸਹੀ ਨਹੀਂ ਕੀਤੀ ਗਈ ਜਦੋਂ ਵੀ ਸੇਮ ਨਾਲੇ ਬਣੇ ਆ ਅਤੇ ਇਹ ਪਾਣੀ ਜਿਹੜਾ ਹੁਣ ਥੋੜ੍ਹਾ ਜਿਹਾ ਮੀਂਹ ਪਿਆ ਪਾਣੀ ਕਣਕਾਂ 'ਚ ਖੜ ਗਿਆ ਹੈ ਹੁਣ ਜਿਹਨਾਂ ਦੀਆਂ ਕਣਕਾਂ ਬਰਬਾਦ ਹੋ ਗਈਆਂ ਉਹ ਜ਼ਿਮੀਂਦਾਰ ਫਿਰ ਦਬਾਅ 'ਚ ਆ ਜਾਂਦਾ ਨਾ ਕੋਈ ਜ਼ਿਮੀਂਦਾਰਾਂ ਦੀ ਸੁਣਵਾਈ ਹੁੰਦੀ ਹੈ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਬੜਾ VIP ਇਲਾਕਾ ਹੈ ਬਹੁਤ ਸੇਮ ਨਾਲੇ ਕੱਢਿਆ ਬੜਾ ਵਿਕਾਸ ਹੋਇਆ ਅਤੇ ਸੇਮ ਵਾਲਿਆਂ ਦਾ ਏਜੰਡਾ ਹੀ ਕੋਈ ਗੱਲ ਹੀ ਕਿਉਂ ਨਹੀਂ ਕਰਦਾ ਕੋਈ ਕਿਤੇ ਗੱਲ ਨਹੀਂ ਵੇਖੋ ਜੀ ਸੇਮ ਬਹੁਤ ਜ਼ਿਆਦਾ ਹੈ ਜਿਹੜਾ ਵਿਕਾਸ ਤਾਂ ਇਕੱਲਾ ਜੀ ਗੱਲਾਂ ਨਾਲ ਹੋਇਆ ਵਿਕਾਸ ਕੋਈ ਨਹੀਂ ਹੋਇਆ ਜੇ ਵਿਕਾਸ ਹੋਇਆ ਹੋਵੇ ਅਤੇ ਇੰਨੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਨ ਅਤੇ ਆ ਪਾਣੀ ਖਲੋਤਾ ਤੁਹਾਨੂੰ ਇੱਥੇ ਨਹੀਂ ਸੀ ਦਿਸਣਾ ਜੇ ਵਿਕਾਸ ਹੋਇਆ ਹੁੰਦਾ ਇੱਥੇ ਕੋਈ ਵਿਕਾਸ ਨਹੀਂ ਹੋਇਆ ਸੇਮ ਨਾਲੇ ਜਿਹੜੇ ਕੱਢੇ ਗਏ ਨੇ ਉਹਨਾਂ ਦੀ ਸਫਾਈ ਨਹੀਂ ਕੀਤੀ ਜੇ ਪਿਛਲੇ ਪਿੰਡਾਂ 'ਚੋਂ ਪਾਣੀ ਆ ਜਾਂਦਾ ਤਾਂ ਇਹ ਪਿੰਡ ਰੁੜ ਜਾਂਦੇ ਉਹ ਗਾਂਹ ਨਹੀਂ ਨਿਕਲਦਾ ਵੀ ਪ੍ਰੋਪਰ ਪੂਰਾ ਇਹ ਪ੍ਰਬੰਧ ਹੈ ਨਹੀਂ ਗਾ ਜੀ ਜੀ ਸੋ ਪ੍ਰਬੰਧ ਨਹੀਂ ਹੈ ਦੋ ਚਾਰ ਪਿੰਡਾਂ ਦੀ ਹੋਰ ਗੱਲ ਕਰਦੇ ਹਾਂ ਮਿੱਡੇ ਦੀ ਬਾਈ ਜੀ ਨੇ ਗੱਲ ਕੀਤੀ ਹੈ ਮੈਨੂੰ ਥੋੜ੍ਹਾ ਜਿਹਾ ਇੱਧਰ ਪਤਾ ਲੱਗਿਆ ਸੀਗਾ ਵੀ ਰੱਤੇ ਖੇੜੇ ਕੰਨੀ ਪਾਣੀ ਖੜਾ ਚਲੋ ਘੁੰਮ ਕੇ ਮਿੱਡਾ ਵੀ ਨਾਲ ਹੈ ਪੰਨੀ ਵਾਲੇ ਨੂੰ ਜਾਂਦੇ ਹਾਂ ਸਰਾਵਾਂ ਜੈਲ ਦਾ ਅਖੀਰਲਾ ਪਿੰਡ ਆ ਪੰਨੀ ਵਾਲਾ ਜੀ ਤੁਸੀਂ ਕੀ ਕਹਿੰਦੇ ਸੀ ਹੋਰ ਗੱਲ ਕਹਿਣ ਲੱਗੇ ਕਹਿੰਦੇ ਜੀ ਆਹ ਰਕਵਾ ਆਲਮ ਵਾਲੇ 'ਚ ਅੱਛਾ ਜੀ ਸੜਕ ਤੋਂ ਇੱਧਰ ਆਹ ਰਕਵਾ ਬੋਦੀ ਵਾਲੇ 'ਚ ਆਹ ਤੁਹਾਨੂੰ ਦੱਸੀ ਜਾਂਦੇ ਪਾਣੀ ਕਿੰਨਾ ਕਿੰਨਾ ਖੜਾ ਜੀ ਆਪ ਨੂੰ ਤੁਹਾਨੂੰ ਦੱਸੀ ਜਾਂਦੇ ਜੇ ਅਸੀਂ ਦੱਸੀਏ ਉਸ ਗੱਲ 'ਚ ਫਰਕ ਹੁੰਦਾ ਜੀ ਸਰ ਬਿਲਕੁਲ ਜੋ ਦਿਸ ਰਿਹਾ ਸੀਗਾ ਤਾਂ ਹੀ ਖੜੇ ਜੇ ਦਿਸ ਰਿਹਾ ਸੀ ਤਾਂ ਹੀ ਖੜੇ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰੀ ਵੀ ਜਦੋਂ ਪਾਣੀ ਖੜਾ ਸੀਗਾ ਤਾਂ ਰੇਡੀਓ ਪੰਜਾਬ ਟੂਡੇ ਦੀ ਟੀਮ ਨੇ ਇਸ ਇਲਾਕੇ ਦਾ ਦੌਰਾ ਕੀਤਾ ਸੀ ਇੱਧਰ ਨਹੀਂ ਸੀ ਆਏ ਅਸੀਂ ਕੁੰਡਲ ਅਤੇ ਉੱਤੇ ਰੱਤੇ ਇਹ ਰੱਤਾ ਖੇੜਾ ਰੱਤੇ ਟਿੱਬੇ ਵਾਲੇ ਪਾਸੇ ਆਏ ਸੀਗੇ ਸੋ ਉਹਨਾਂ ਪਿੰਡਾਂ ਦੇ ਵਿੱਚ ਆਇਆ ਸੀਗਾ ਚਲੋ ਆਓ ਚੱਲਦੇ ਹਾਂ ਹੋਰ ਦੇਖਦੇ ਹਾਂ ਹਾਲਾਤ ਹੋਰ ਦਿਖਾਉਣੇ ਆ ਕਿ ਮੁੱਦਾ ਕਿਉਂ ਨਹੀਂ ਬਣ ਰਿਹਾ ਸੇਮ ਕਿਉਂ ਨਹੀਂ ਕੱਢੀ ਜਾ ਰਹੀ ਸੇਮ ਦੇ ਨਾਂ 'ਤੇ ਅਰਬਾਂ ਖਰਬਾਂ ਰੁਪਈਆ ਜਿਹੜਾ ਉਹ ਗਰਾਂਟਾਂ ਦੇ ਵਿੱਚ ਆ ਗਿਆ ਨਿਕਲ ਗਿਆ ਪੈਸਾ ਲੱਗ ਗਿਆ ਹੋਰ ਲੱਗ ਗਿਆ ਪਰ ਚਲੋ ਮੰਨ ਲਿਆ ਸਾਉਣ ਭਾਦੋਂ 'ਚ ਪਾਣੀ ਸੀਗਾ ਉਦੋਂ ਨਹੀਂ ਨਿਕਲਿਆ ਝੋਨੇ 'ਚ ਤਾਂ ਕਣਕ ਨੂੰ ਵੀ ਲੈ ਬੈਠਾ ਆਓ ਦੇਖਦੇ ਹਾਂ ਹੋਰ ਜ਼ਿਮੀਂਦਾਰਾਂ ਨਾਲ ਗੱਲ ਕਰਦੇ ਆ ਜਾਓ ਜਿਵੇਂ ਕਿ ਪਿੱਛੇ ਤੁਹਾਨੂੰ ਸੜਕ ਦੇ ਉੱਤੇ ਦਿਖਾਇਆ ਅਤੇ ਮੈਂ ਰੱਤੇ ਖੇੜੇ ਪਿੰਡ ਦੇ ਵਿੱਚ ਆਇਆ ਅਤੇ ਰੱਤੇ ਖੇੜੇ ਪਿੰਡ ਦੇ ਵਿੱਚ ਥੋੜ੍ਹੀ ਜਿਹੀ ਪੁੱਛ ਪੜਤਾਲ ਕੀਤੀ ਤਾਂ ਪਿੰਡ ਦੇ ਨਾਲ ਹੀ ਸੀ ਕਿਉਂਕਿ ਇੰਨਾ ਸਮਾਂ ਨਹੀਂ ਸੀ ਕਿਉਂ ਇਸ ਨੂੰ ਸਾਰੇ ਇਲਾਕਾ ਮੈਂ ਤੁਹਾਨੂੰ ਦਿਖਾ ਸਕਾਂ ਇੱਕ ਸੈਂਪਲ ਹੁੰਦਾ ਕਈ ਲੋਕ ਕਹਿਣਗੇ ਯਾਰ ਜਾਣ ਬੁੱਝ ਕੇ ਜੇ ਇੰਨਾ ਕੀ ਦਿਖਾਤਾ ਹੋਰ ਨਹੀਂ ਦਿਖਾਇਆ ਅਸੀਂ ਇਲਾਕੇ 'ਚੋਂ ਸੈਂਪਲ ਚੱਕ ਸਕਦੇ ਹਾਂ ਸੈਂਪਲ ਦੀ ਤੁਹਾਨੂੰ ਦਿਖਾ ਕੇ ਦਿਖਾ ਸਕਦੇ ਕਿ ਇਲਾਕੇ ਦੇ ਹਾਲਾਤ ਕੀ ਨੇ ਕਿਉਂਕਿ ਜੇ ਸਾਰੇ ਪਿੰਡਾਂ ਦੀ ਗੱਲ ਕਰੀਏ ਤਾਂ ਅਬੋਹਰ
ਬੱਲੂਆਣਾ, ਲੰਬੀ, ਇਹ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਸੇਮ ਦੀ ਸਥਿਤੀ ਬੜੀ ਚਿੰਤਾਜਨਕ ਹੈ, ਲੰਬੇ ਸਮੇਂ ਤੋਂ ਹੈ। ਐਂਡ ਲਗਾਤਾਰ ਜੇ ਗੱਲ ਕਰੀਏ ਤਾਂ ਲੰਬੀ ਹਲਕੇ ਦੇ ਵਿੱਚ ਬਾਗਾਂ ਲਈ ਮਸ਼ਹੂਰ ਸੀ, ਉੱਥੋਂ ਜਾਂਦੇ ਜਾਂਦੇ ਉੱਜੜਦੇ ਬਾਗ ਜਮ੍ਹਾਂ ਸੇਮ ਨੇ ਖਤਮ ਕਰ ਦਿੱਤੇ। ਰੱਤੇ ਖੜ੍ਹੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਜ਼ਮੀਨ, ਜੇਕਰ ਜਿਹੜੇ ਵੀਰ ਕਿਸਾਨ ਨੇ ਉਹ ਸਮਝ ਸਕਦੇ ਕਿ ਇਸ ਜ਼ਮੀਨ ਦੇ ਵਿੱਚ ਪਿਛਲੇ ਲਗਭਗ, ਮੈਂ ਇੰਨਾ ਕਹਿ ਸਕਦਾ, ਮੈਂ 5 ਸਾਲ ਕਹਿ ਸਕਦਾ, ਜ਼ਮੀਨ ਦਾ ਮਾਲਕ ਉਹ ਦੱਸੂਗਾ ਵੀ ਕਿੰਨੇ ਸਾਲਾਂ ਤੋਂ ਖੇਤੀ ਇੱਥੇ ਨਹੀਂ ਹੋਈ। ਇੱਥੋਂ ਦੇ ਕੁਝ ਕਿਸਾਨਾਂ ਨੇ ਸੇਮ ਤੋਂ ਬਚਣ ਦੇ ਲਈ ਜਿਹੜਾ ਮੱਛੀ ਪਾਲਣ ਦਾ ਵੀ ਧੰਦਾ ਅਪਣਾਇਆ, ਉਹ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ। ਮੈਨੂੰ ਇਸ ਤੋਂ ਤੁਹਾਡਾ ਵੀਡੀਓ ਆਉਣ ਕਰਨ ਤੋਂ ਪਹਿਲਾਂ ਮੈਨੂੰ ਇੱਕ ਵੀਰ ਮਿਲਿਆ ਸੀ, ਕਹਿੰਦਾ ਜੀ ਮੈਂ ਮੱਛੀ ਪਾਲਣ ਦਾ ਕਰਦਾ ਕਿਉਂਕਿ ਮੱਛੀ ਦਾ ਪਲਾਂਟ ਵੀ ਜਿਹੜਾ ਤੁਸੀਂ ਪੌਂਡ ਹੈਗਾ, ਤਲਾਅ ਹੈਗਾ, ਉਹ ਮੇਰੇ ਸੱਜੇ ਹੱਥ ਤੁਸੀਂ ਇੱਧਰ ਦੇਖ ਸਕਦੇ ਹੋ। ਗੱਲਬਾਤ ਕਰਦੇ ਹਾਂ ਕਿ ਸਥਿਤੀ ਕੀ ਆ, ਕਿਉਂ ਇਹ ਇੱਥੇ ਸਥਿਤੀ ਹੈ, ਕਿਉਂਕਿ ਇੱਥੋਂ ਪਿੰਡ ਅੱਗੇ ਵੀ ਜਾਂਦੇ ਨੇ, ਉੱਥੇ ਵੀ ਸੜਕਾਂ ਦੇ ਉੱਤੇ, ਕਿਉਂਕਿ ਸਿਆਸਤਦਾਨਾਂ ਨੇ ਸੜਕਾਂ ਦੇ ਉੱਤੋਂ ਦੀ ਲੰਘਣਾ ਹੈ, ਤਾਂ ਉਹਨਾਂ ਨੂੰ ਜੇ ਅੰਦਾਜ਼ਾ ਚਾਹੁਣ ਤਾਂ ਲਾ ਸਕਦੇ ਨੇ ਕਿ ਇਹਨਾਂ ਪਿੰਡਾਂ ਦੀ ਸਥਿਤੀ ਕੀ ਆ। ਮੇਰੇ ਨਾਲ ਬਾਈ ਜੀ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਅਜੀਤ ਸਿੰਘ। ਅਜੀਤ ਸਿੰਘ ਜੀ, ਇਹ ਖੇਤ ਤੁਹਾਡਾ? ਹਾਂਜੀ। ਕਿੰਨੇ ਸਮੇਂ ਤੋਂ ਵਾਹੀ ਨਹੀਂ ਕੀਤੀ ਤੁਸੀਂ? ਅਸੀਂ ਤਾਂ ਜਨਮ ਤੋਂ ਹੀ ਨਹੀਂ ਕੀਤੀ ਯਾਦ। ਕਿੰਨੇ ਸਾਲ ਦੀ ਉਮਰ ਹੋ ਗਈ? ਮੇਰੀ 30 ਸਾਲ ਦੀ। ਵੀ 30 ਸਾਲਾਂ ਤੋਂ ਸਥਿਤੀ ਇਹੀ ਹੈ? ਹਾਂਜੀ, 86 ਦੀ ਆਈ ਹੈ, ਸਾਡੇ ਜਨਮ ਤੋਂ ਪਹਿਲਾਂ ਦੀ ਆਈ ਹੈ, 35-36 ਸਾਲ ਹੋ ਗਏ ਜੀ। ਅਸੀਂ ਨਹੀਂ ਵੇਖੀ ਪਤਾ। ਅਤੇ ਕਿਸੇ ਨੇ ਕੱਢਣ ਦੀ ਕੋਸ਼ਿਸ਼ ਵੀ ਨਹੀਂ ਕੀਤੀ? ਕੀਤੀ ਆ, ਨਾ ਕੀਤੀ ਅਰਗੀ, ਜੇ ਕੀਤੀ ਹੁੰਦੀ ਨਿਕਲ ਜਾਂਦੀ। ਸੇਮ ਨਾਲ ਗਲਤ ਪੁੱਟਤਾ ਜੀ, ਸਰਵੇ ਮੁਤਾਬਕ ਪੁੱਟਿਆ ਨਹੀਂ, ਉਹਦੇ ਕਰਕੇ ਨਹੀਂ ਨਿਕਲੀ। ਜੇ ਸਰਵੇ ਮੁਤਾਬਕ ਪੁੱਟ ਦਿੰਦੇ ਸ਼ਾਇਦ ਨਿਕਲ ਜਾਂਦੀ। ਸਹੀ ਹੇਲਾ ਨਹੀਂ ਕੀਤਾ ਇਹਦਾ ਕੋਈ ਵੀ। ਜੇ ਗੱਲ ਸੱਚੀ ਹੈ ਕਿ ਮੈਂ ਸਿੱਧੇ ਤੌਰ ਦੇ ਉੱਤੇ ਗੱਲ ਕਰ ਦਿੰਦਾ, ਬੇਸ਼ੱਕ ਕਿਸੇ ਨੂੰ ਇਹ ਗੱਲ ਰੁੱਖੀ ਲੱਗੇ, 97 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ, ਉਦੋਂ ਸੇਮ ਨਾਲੇ ਨਿਕਲੇ ਸੀ, ਅਤੇ ਇੱਥੋਂ ਦੇ ਜਥੇਦਾਰ ਜਿਹੜੇ ਕਹਿ ਸਕਦਾ ਕਿ ਸਥਾਨਕ ਲੀਡਰ ਸੀ ਜਿਹੜੇ, ਉਹਨਾਂ ਨੇ ਆਪਣੇ ਖੇਤ ਬਚਾਉਣ ਦੇ ਲਈ, ਜਿੱਥੇ ਮਰਜ਼ੀ ਆ ਜਾਓ, ਮੁਕਤਸਰ ਚਲੇ ਜਾਓ, ਲੰਬੀ ਆ ਜਾਓ, ਲੰਬੀ ਵਾਲਿਆਂ ਦਾ ਜਿਹੜੀਆਂ ਇੱਥੇ ਖਮਿਆਜਾ, ਲੰਬੀ ਵਾਲੇ ਤਾਂ ਭੁਗਤਰੇ ਨੇ, ਗਾਂ ਬੱਲੂਆਣੇ ਵਾਲੇ ਭੁਗਤਰੇ ਅਤੇ ਗਾਂ ਹਬੋਰ ਵਾਲੇ ਭੁਗਤਰੇ ਨੇ। ਇਹ ਵਾਕਿਆ ਜਿਵੇਂ ਤੁਸੀਂ ਗੱਲ ਕਹੀ ਪਈ ਜੀ, ਤੁਹਾਡੀ ਉਮਰ ਤਾਂ ਇਹਨਾਂ ਨਾਲ ਥੋੜ੍ਹੀ ਜਿਹੀ ਵੱਡੀ ਹੈ, ਕਿੰਨੀ ਕੁ ਉਮਰ ਹੈ ਤੁਹਾਡੀ? ਮੇਰੀ ਉਮਰ ਹੈਗੀ 60 ਸਾਲ। 60 ਸਾਲ, ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਸੇਮ ਦੇ? 35 ਸਾਲ ਹੀ ਹੋ ਗਏ ਜੀ। ਅੱਛਾ, 86 ਦੀ ਆਈ। ਹਾਂਜੀ ਹਾਂਜੀ। ਅਤੇ ਫਿਰ ਗੁਜ਼ਾਰਾ ਕਿਵੇਂ ਕਰਦੇ ਹੋ ਬਾਈ ਜੀ, ਤੁਸੀਂ ਕਿਵੇਂ ਗੁਜ਼ਾਰਾ ਕਰਦੇ ਹੋ, ਮੈਨੂੰ ਦੱਸੋ ਤਾਂ ਸਹੀ। ਫਿਰ ਵਾਹੀ ਨਹੀਂ? ਮੈਂ ਤਾਂ ਦੁਕਾਨ ਕੀਤੀ ਹੈ ਜੀ ਕਰਿਆਨੇ। ਕਾਹਦੀ? ਕਰਿਆਨੇ ਦੀ ਕੀਤੀ। ਕਰਿਆਨੇ ਦੀ? ਅਤੇ ਹੋਰ ਪਿੰਡ ਦੀ ਕੀ ਸਥਿਤੀ ਹੈ? ਬਸ ਦੀ ਮਾੜੀ ਆ, ਕਰਿਆਨੇ ਦੀ ਦੁਕਾਨ ਪਿੰਡਾਂ 'ਚ ਤੁਹਾਨੂੰ ਪਤਾ ਕਿ ਕਰਿਆਨੇ ਉਹਨਾਂ ਕੀ ਕੰਮ ਆ। ਜ਼ਮੀਨ ਦਾ ਨਹੀਂ, ਆਪਣਾ ਘਰ ਪੂਰਾ ਮੇਰੇ 8 ਏਕੜ ਪਈ ਜ਼ਮੀਨ ਮੇਰੀ ਸੇਮ। ਅੱਛਾ, ਸੇਮ 'ਚ? ਹਾਂਜੀ। ਸਾਰੀ ਸੇਮ 'ਚ। ਅਤੇ ਤੁਹਾਡੀ? ਸਾਡੇ ਕੁਛ ਬਚਿਆ ਜੀ, ਉੱਚਾ ਰਕਬਾ। ਤੇ ਤੁਹਾਡਾ ਕਿਹੜਾ ਘਰ ਹੈ ਇੱਥੇ? ਸਾਡਾ ਹੀ ਘਰ। ਅੱਛਾ, ਤੇ ਆਹ ਸਾਡਾ ਮੱਛੀ ਪਲਾੜਾ ਜੀ। ਹਾਂ ਹਾਂ, ਤੇ ਸੇਮ ਹੀ ਹੈ ਜੀ ਬਸ। ਮੇਰੀ ਹੋ ਗਈ 38 ਸਾਲ ਦੀ ਉਮਰ ਹੋ ਗਈ ਇਸ ਹਾਲ ਨਾਲ। ਅੱਛਾ ਜੀ। ਤੇ 36 ਸਾਲ ਦੇ ਨੇੜੇ, ਮਤਲਬ 86 ਸੇਮ ਆਈ ਹੈ ਜੀ। ਅੱਛਾ ਜੀ। ਤੇ ਉਦੋਂ ਫਸਲ ਹੋਈ ਨਹੀਂ ਕੋਈ ਵੀ। ਫਸਲ ਨਹੀਂ ਹੋਈ? ਨਹੀਂ। ਤੇ ਆਹ ਮੱਛੀ ਪਾਲਣ ਦਾ ਕੰਮ ਤੁਸੀਂ ਤੋਰਿਆ, ਤੁਹਾਡੇ ਭਾਈ ਸਾਹਿਬ ਨਾਲ ਗੱਲ ਹੋਈ ਸੀ, ਕੀ 4 ਪੈਸੇ ਬਚਦੇ ਇਹਦੇ 'ਚ? ਨਹੀਂ ਜੀ ਨਹੀਂ, ਇਹ ਤਾਂ ਪੱਲੇ ਪਿਆ ਜੀ ਸਾਨੂੰ, ਘਾਟਾ ਹੀ ਪਿਆ ਜੀ। ਕਿਉਂ ਜੀ, ਪਾਣੀ ਦਾ ਲੇਵਲ ਉੱਚਾ ਜੀ, ਥੱਲੇ ਪਾਣੀ ਦਾ ਲੇਵਲ ਜ਼ਮੀਨ ਦਾ ਉੱਚਾ ਜੀ, ਉਹ ਲੇਵਲ ਪਾਣੀ ਦਾ ਡਾਊਨ ਹੋਵੇ ਤੇ ਆਪੇ ਮੱਛੀ ਵੀ ਪੱਲੇ, ਉਹ ਜਦੋਂ ਪਾਣੀ ਗੰਦਾ ਹੀ ਵਿੱਚ ਰਲੀ ਜਾਂਦਾ ਜੀ, ਉਹ ਮੱਛੀ ਪਲਦੀ ਨਹੀਂ। ਕੀ ਕਹਿੰਦੇ ਤੁਸੀਂ? ਕੀ ਕਹਿੰਦੇ? ਮੈਂ ਤੇ ਉਹ ਕਹਿਣ ਲੱਗਾ ਜਿਹੜਾ ਮੱਛੀ ਵਾਲਾ, ਇਹ ਵੀ ਘਾਟੇ ਬੰਨ ਦੀ ਸਮਾਂ ਹੈ। ਨੌਜਵਾਨ ਹੋ ਤੁਸੀਂ, ਬੱਚਿਆਂ ਦਾ ਕੀ ਭਵਿੱਖ ਨਜ਼ਰ ਆਉਂਦਾ? ਸਰਕਾਰਾਂ ਲੀਡਰ ਆਉਂਦੇ ਨੇ, ਭਵਿੱਖ ਮਾੜਾ ਹੀ ਸਾਡਾ। ਹੁਣ ਵੇਖ ਲਓ ਤੁਹਾਡੇ ਸੇਮ, ਸਾਡੀ ਉਮਰ ਹੀ ਲੰਘ ਗਈ ਹੁਣ ਤਾਂ। ਮੰਨ ਲਓ ਪਾਣੀ ਸੁੱਕਾ, ਪਹਿਲਾਂ ਅਸੀਂ ਲੱਕ ਲੱਕ ਪਾਣੀ ਦੇ ਬੀਜ ਦੀ ਲੰਘਦੇ ਰਹੇ, ਇੱਥੇ ਸਾਡੇ ਪਾਣੀ ਘੇਰੇ ਘੇਰੇ ਲੰਘਣ ਨੂੰ ਸਾਨੂੰ ਜਗ੍ਹਾ ਨਹੀਂ ਸੀ ਹੈਗੀ। ਲੀਡਰ ਆਉਂਦੇ ਜੀ ਸਾਰੇ ਸਾਡੇ, ਸਹੀ ਨਾ ਜੀ ਸੇਮ ਨਾਲੇ ਸਰਵੇ 'ਚ ਨਹੀਂ ਨਿਕਲੇ। ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਜਥੇਦਾਰਾਂ ਨੇ ਆਪਦੀਆਂ ਵੱਟਾਂ ਦੇ ਕਰਾਲੇ ਕਿ ਸਾਡੀ ਜ਼ਮੀਨ ਨਾ ਪਾਟੇ, ਹੁਣ ਉੱਥੋਂ ਉਹ ਸੇਮ ਨਾਲਾ ਨਿਕਲਿਆ ਜੀ ਉੱਥੋਂ ਜੀ, ਉਹ ਇੱਧਰ ਉੱਚੇ ਦਾਣੋਂ ਨਿਕਲਿਆ। ਜੇ ਸਰਵੇ ਮੁਤਾਬਕ ਨਿਕਲਦਾ, ਸੇਮ ਕਦੀ ਨਹੀਂ ਸੀ ਰਹਿੰਦੀ। ਜਿੰਨਾ ਇੱਥੇ ਸਾਡੇ ਪੈਸਾ ਖਰਚਾ ਹੋਇਆ ਨਾ ਜੀ, ਉਨਾ ਇੱਥੇ ਬੇਕਾਰ ਹੀ ਗਿਆ ਜੀ, ਲੱਗਾ ਹੀ ਨਹੀਂ ਸਹੀ। ਪੈਸਾ ਵੀ ਨਹੀਂ ਲੱਗਿਆ ਸਹੀ? ਨਾ ਜੀ, ਫਿਲਟਰ ਪਾਏ ਉਹ ਵੀ ਨਹੀਂ ਸਹੀ ਲੱਗੇ ਜੀ। ਫਿਲਟਰ ਵੀ ਪਾਏ ਸੀ? ਹਾਂਜੀ ਹਾਂਜੀ, ਫਿਲਟਰ ਵੀ ਪਾਏ ਸੀ ਥੱਲੇ,
ਉਹ ਵੀ ਮਸ਼ੀਨਾਂ ਨੇ ਸਹੀ ਨਹੀਂ ਪਾਇਆ ਜੀ, ਕਿਉਂ ਮਿੱਟੀ ਚੀਕ ਨਹੀਂ ਸੀ ਨਾ, ਨਾ ਰੇਤਾ ਪਿਆ ਜੀ, ਕੁਛ ਨਹੀਂ ਪਿਆ, ਉਹਦੇ ਆਪਦੀ ਮਰਜ਼ੀ ਨਾਲ ਪਾਇਆ ਜੇ ਕਹਿੰਦੇ ਹਾਂ ਉਹਨਾਂ ਨੇ। ਇੱਥੇ ਸਾਡੇ ਸੀ, ਸਾਡੇ ਇੱਕ ਬੰਦਾ ਇੱਥੇ ਨਾਲ ਉਹਦੇ ਬਹਿਸ ਪਿਆ ਵੀ ਸਹੀ ਨਹੀਂ ਤੁਸੀਂ ਪਾ ਰਹੇ, ਉਹਨਾਂ ਪੈਪ ਵੀ ਤੋੜਤੀ, ਉਹ ਚੱਲੀ ਨਹੀਂ ਸਹੀ। ਅੱਛਾ, ਸਾਡੇ ਅਤੇ ਏਰੀਆ ਦਾ ਵਿਕਾਸ ਕੀ ਹੋਣਾ ਸੀ ਫਿਰ ਜੀ? ਇਹ ਕਿੰਨੇ ਪਿੰਡਾਂ 'ਚ ਸਥਿਤੀ ਹੈ? ਪਿੰਡ ਸਾਡੇ ਤਾਂ ਲਾਗੇ ਲਾਗੇ, ਸਾਡਾ ਪਿੰਡ ਹੀ ਜ਼ਿਆਦਾ ਮਾਰ ਥੱਲੇ। ਕਿਹੜੇ ਕਿਹੜੇ ਪਿੰਡ ਆ ਹੋਰ ਮਾਰ? ਰੱਤਾ ਖੇੜਾ ਸਾਡਾ ਜ਼ਿਆਦਾ ਮਾਰ ਚ ਜੀ, ਹੋਰ ਤਾਂ ਇੱਧਰ ਹਬੋਰ ਸੇ ਮਿੱਡਾ ਹੀ, ਮਿੱਡਾ ਨਹੀਂ ਤੁਸੀਂ ਆ ਹਬੋਰ ਨੂੰ ਛੱਡੋ, ਆਪਦੇ ਆਲੇ ਦੁਆਲੇ ਸਾਡੇ ਮਿੱਡਾ ਹੀ, ਇਨਾ ਖੇੜਾ ਵੀ ਆਇਆ, ਇਨਾ ਖੇੜਾ, ਹਾਂਜੀ। ਅੱਛਾ ਜੀ, ਤੇ ਲੰਬੀ ਹਲਕੇ ਤੇ ਮੰਨੀ ਵਾਲਾ ਤੱਪਾ ਹੋ ਗਿਆ, ਪਸ਼ੂਆਂ ਦੇ ਰੱਖੇ ਹੋਈ ਤੇ ਬਸ ਗੁਜ਼ਾਰਾ ਕਾਹਦਾ ਹੀ, ਟਾਈਮ ਪਾਸ ਮੁਸ਼ਕਿਲ ਹੀ ਹੈ, ਬਾਹਲਾ ਮੁਸ਼ਕਿਲ ਦਾ ਹੱਲ ਹੈ, ਸਾਡੇ ਕੋਲ ਨੌਕਰੀ ਦਾ ਹੀ ਲਾ ਜੀ। ਲੀਡਰ ਆਉਂਦੇ ਨੇ, ਲੀਡਰਾਂ ਨੇ ਕੋਈ ਗੱਲ ਕੀਤੀ, ਬਾਦਲ ਸਾਹਿਬ ਨੇ ਕੀਤਾ, ਮੁੜ ਕੇ ਕਾਂਗਰਸ ਦਾ ਰਾਜ ਰਿਹਾ, ਆਪਾਂ ਗੱਲ ਕਰੀਏ ਸਾਡੇ ਪਿੰਡ ਆਏ ਹੀ ਨਹੀਂ ਜੀ। ਅੱਛਾ, ਕੈਪਟਨ ਸਾਹਿਬ ਨੇ ਤੁਹਾਨੂੰ ਪਤਾ 4 ਸਾਲ ਮੂੰਹ ਹੀ ਨਹੀਂ ਵਿਖਾਇਆ ਗਿਆ ਇਹਨੂੰ, 5 ਸਾਲ ਬਾਦਲ ਸਾਹਿਬ ਤਾਂ ਵੈਸੇ ਆਉਂਦੇ ਰਹੇ ਆ, ਸੰਗਤ ਦਰਸ਼ਨ ਤੇ ਜਦੋਂ ਆਉਂਦੇ ਸੀ ਕੁਛ ਨਾ ਕੁਛ ਸਾਨੂੰ, ਉਦੋਂ ਸਾਡੇ ਸੇਮ ਦੇ ਮੰਨ ਲਓ ਪੈਸਾ ਮਿਲ ਜਾਂਦਾ ਸੀ ਸਾਨੂੰ, ਹੁਣ ਤਾਂ ਉਹ ਵੀ ਬੰਦ, ਜਦੋਂ ਦੇ 5 ਸਾਲ ਕਾਂਗਰਸ ਦੇ ਹੋ ਗਏ ਉਹ ਵੀ ਨਹੀਂ ਮਿਲਿਆ ਜੀ, ਜਮਾਂ ਹੀ ਕੰਮ ਠੱਪ ਹੋ ਗਿਆ ਜੀ। ਸੋ ਇਹ ਸਥਿਤੀਆਂ ਨੇ, ਇੱਥੋਂ ਦੇ ਲੋਕਾਂ ਦੇ ਹਾਲਾਤ ਨੇ, ਤੁਸੀਂ ਵੀ ਜੇਕਰ ਇੱਥੋਂ ਦਾ ਦੌਰਾ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ ਦੇ ਵਿੱਚ ਬੜੇ ਮੁੱਦੇ ਨੇ। ਮੁਫਤ ਬੱਸਾਂ ਦਾ ਸਫ਼ਰ ਮੁੱਦਾ ਨਹੀਂ ਹੈ, ਕਿਸੇ ਨੂੰ ਬਿਜਲੀ ਮੁਫਤ ਦਾ ਮੁੱਦਾ ਨਹੀਂ ਹੈ, 10,000 ਮਕਾਨ ਦਾ ਮੁੱਦਾ ਨਹੀਂ ਹੈ, ਜਿਹੜੀਆਂ ਗੱਲਾਂ ਕਰਦੇ ਹਾਂ ਮੁਫਤ 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 ਮੁੱਦਾ ਨਹੀਂ ਹੈ, ਮੁੱਦਾ ਹੈ ਇੱਥੋਂ ਦੇ ਲੋਕਾਂ ਦੇ ਸੰਕਟ ਨੂੰ ਜਿਹੜਾ ਉਹਨਾਂ ਨੂੰ ਕੱਢਣਾ। ਇਹ ਇਕੱਲੇ ਪੰਜਾਬ ਦੇ ਇਸ ਹਲਕੇ ਦੀ ਗੱਲ ਨਹੀਂ, ਬੜੇ ਇਲਾਕੇ ਨੇ ਜਿੱਥੇ ਬੜੇ ਮੁੱਦੇ ਨੇ, ਉਹ ਮੁੱਦਿਆਂ ਨੂੰ ਕੋਈ ਟੱਚ ਨਹੀਂ ਕਰ ਰਿਹਾ। ਰੇਡੀਓ ਪੰਜਾਬ ਟੁਡੇ ਹਮੇਸ਼ਾ ਲੋਕ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ, ਅਸੀਂ TRP ਦੇ ਪਿੱਛੇ ਨਹੀਂ ਜਾਂਦੇ, ਅਸੀਂ ਵਿਊਜ਼ ਦੇ ਪਿੱਛੇ ਨਹੀਂ ਜਾਂਦੇ, ਅਸੀਂ ਲੋਕਾਂ ਕੋਲ ਉਹਨਾਂ ਦੇ ਘਰਾਂ ਤੱਕ ਪਹੁੰਚਦੇ ਹਾਂ, ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸਾਡੀ ਇਹ ਤੁਹਾਨੂੰ ਰਿਪੋਰਟ ਕਿਸ ਤਰ੍ਹਾਂ ਲੱਗੀ ਸ਼ੇਅਰ ਜ਼ਰੂਰ ਕਰ ਦੇਣਾ, ਕਮੈਂਟ ਵੀ ਜ਼ਰੂਰ ਕਰ ਦੇਣਾ, ਸਾਨੂੰ ਪਤਾ ਲੱਗੇ ਕਿ ਅਸੀਂ ਜੋ ਕੋਸ਼ਿਸ਼ ਕਰ ਰਹੇ ਹਾਂ ਕਿ ਵਾਕਿਆ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ, ਅਤੇ ਤੁਹਾਨੂੰ ਵੀ ਕਿਹੋ ਜਿਹੀ ਰਿਪੋਰਟਿੰਗ ਚਾਹੀਦੀ ਹੈ, ਸੰਜੀਦਾ ਰਿਪੋਰਟਿੰਗ ਚਾਹੀਦੀ ਹੈ ਜਾਂ ਫਿਰ ਸ਼ਟਰਾਂ ਵਾਲਾਂ ਵਰਗਿਆਂ ਦੀ ਰਿਪੋਰਟਿੰਗ ਚਾਹੀਦੀ ਆ। ਸ਼ੁਕਰੀਆ, ਮਿਹਰਬਾਨੀ, ਕੁਛ ਹੋਰ ਇਹੋ ਜਿਹੇ ਮੁੱਦਿਆਂ ਦੇ ਨਾਲ ਫਿਰ ਹਾਜ਼ਰ ਹੋਵਾਂਗਾ। ਫਿਲਹਾਲ ਮੈਨੂੰ ਸਵਰਨ ਸਿੰਘ ਦਾ ਨਿਲ ਗਿਆ ਅਤੇ ਮੇਰੇ ਕੈਮਰਾਮੈਨ ਰਾਮ ਸਿੰਘ ਗਿੱਲ ਨੂੰ ਪਿੰਡ ਰੱਤਾ ਖੇੜਾ ਤੋਂ ਦਿਓ ਇਜਾਜ਼ਤ।